ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਆ? ਅੱਜ ਹੈਗਾ ਆਪਣਾ ਚੀਟ ਡੇ, ਫਾਈਨਲੀ ਉਹ ਦਿਨ ਆ ਗਿਆ। 15 ਦਿਨ ਤੋਂ ਵੀ ਵੈਸੇ ਉੱਤੇ ਹੀ ਹੋ ਗਏ। ਮੈਂ ਤੁਹਾਨੂੰ ਜਿਵੇਂ ਪਤਾ ਹੀ, ਅੱਜ ਕੱਲ੍ਹ ਮੈਂ ਕੁਛ ਬਾਹਰ ਦਾ ਕੁਛ ਖਾਂਦਾ ਨਹੀਂ, ਜਮਾਂ ਹੀ ਹੈਲਦੀ ਖਾਂਦਾ। ਮਹੀਨੇ 'ਚ ਮੈਂ ਹਰ 15 ਦਿਨ ਬਾਅਦ, ਮਤਲਬ 2 ਵਾਰੀ ਆਉਂਦੀ ਹੈ ਬਾਹਰ ਦਾ ਖਾਣ ਦੀ, ਤਾਂ ਉਹ ਅੱਜ ਉਹ ਡੇ ਆ ਚੁੱਕਿਆ। ਉਹਨੂੰ ਆਪਾਂ ਚੀਟ ਡੇ ਬੋਲਦੇ ਹੁੰਦੇ ਹਾਂ, ਮਤਲਬ ਆਪਣੀ ਡਾਇਟ ਨਾਲ ਚੀਟ ਕਰਨਾ ਬੇਸਿਕਲੀ, ਤਾਂ ਇਹਨੂੰ ਕਹਿੰਦੇ ਚੀਟ ਡੇ। ਜੋ ਦਿਲ ਕਰਦਾ, ਇੰਨੇ ਦਿਨਾਂ ਦਾ ਮੈਂ ਸੋਚ ਰਿਹਾ ਸੀ ਕੁਛ ਬਾਹਰ ਦਾ ਖਾਂਦਾ, ਮਤਲਬ ਬੇਸਿਕਲੀ ਅੱਜ ਬਰਗਰ ਪੀਜ਼ਾ ਡੇ ਆ। ਅੱਜ ਕੁਛ ਵਧੀਆ ਵਧੀਆ ਸਵਾਦ ਸਵਾਦ ਚੀਜ਼ਾਂ ਬਾਹਰ ਦੀਆਂ ਖਾਵਾਂਗੇ। ਫਿਰ 15 ਦਿਨ 'ਚ ਇੱਕ ਦਿਨ ਆਪਾਂ ਇੱਦਾਂ ਦਾ ਰੱਖਿਆ ਹੁੰਦਾ, ਅਤੇ ਮੈਂ ਇਹੀ ਸੋਚਿਆ ਸੀ ਆਈ ਵਾਰ ਬੈਸਟ ਥਾਵਾਂ 'ਤੇ ਜਾਇਆ ਕਰਨਾ, ਜਦੋਂ ਵੀ ਕੁਛ ਖਾਣ ਜਾਣਾ, ਮਤਲਬ ਸਵਾਦ ਸਵਾਦ ਜਿੱਥੇ ਦੀ ਮੈਨੂੰ ਜੋ ਚੀਜ਼ਾਂ ਸਵਾਦ ਲੱਗਦੀਆਂ ਨੇ। ਅਤੇ ਅੱਜ ਫਿਰ ਅੱਜ ਪਟਿਆਲਾ, ਮਤਲਬ ਐਂ ਸੋਚਿਆ ਹੌਲੀ ਹੌਲੀ ਨਾ, ਐਵੇਂ ਸਿਟੀਜ਼ ਹਰੇਕ 15 ਸਿਟੀਜ਼ ਕਵਰ ਕਰਨੇ ਸ਼ੁਰੂ ਕਰ ਦੇਣਾ, ਵੀ ਜਿਹੜੀ ਥਾਂ ਦੀ ਜਿਹੜੀ ਖਾਣ ਵਾਲੀ ਬੈਸਟ ਥਾਂ ਆ, ਉੱਥੇ ਜਾ ਕੇ ਫਿਰ ਖਾਇਆ ਕਰਾਂਗੇ ਹਰ 15 ਦਿਨ ਬਾਅਦ। ਤਾਂ ਅੱਜ ਉਹ ਅੱਜ ਆਪਣਾ ਚੀਟ ਡੇ ਆ, ਫਿਰ ਅੱਜ ਚੱਲਦੇ ਹਾਂ, ਅੱਜ ਦੇਖਦੇ ਹਾਂ, ਡਿਸਾਈਡ ਕਰਦੇ ਹਾਂ ਕੀ ਖਾਣਾ, ਅਤੇ ਊਸ਼ਾ ਨੂੰ ਵੀ ਦੱਸਦਾ ਵੀ ਅੱਜ ਚੱਲਦੇ ਹਾਂ ਬਾਹਰ ਕੁਛ ਖਾਣ। ਚਲੋ ਫਿਰ ਇੱਥੇ ਕਰਦੇ ਹਾਂ ਵੀਡੀਓ ਸ਼ੁਰੂ। ਅੱਜ ਡੇਟ ਕੀ ਹੈ ਵੈਸੇ ਮੰਮੀ? 24। ਅੱਜ ਫਿਰ ਤਾਂ 15 ਦਿਨ ਵੀ ਨਹੀਂ, ਮੈਂ ਸੋਚਿਆ ਸੀ ਵੀ ਹਰ 15 ਦਿਨ ਬਾਅਦ ਖਾਊਂਗਾ, ਪਰ ਕੀ ਕਹਿੰਦੇ ਨੇ ਇਹ ਤਾਂ 24 ਦਿਨ ਹੋ ਗਏ, 15 ਦਿਨ ਤੋਂ ਵੀ ਉੱਤੇ ਹੋ ਗਏ ਆ ਖਾਧੇ ਨੂੰ ਬਾਹਰ ਦਾ ਕੁਛ। ਇੱਕ ਮੈਂ ਸੋਚਿਆ ਸੀ ਵੀ ਮਹੀਨੇ 'ਚ 2 ਦਿਨ ਰੱਖਾਂਗੇ ਬਾਹਰ ਦਾ ਖਾਣ ਦਾ, 15 ਦਿਨ ਬਾਅਦ ਸੋਚਿਆ ਸੀਗਾ, ਪਰ ਹੁਣ ਅਗਲੇ ਮਹੀਨੇ ਤੋਂ 15 'ਤੇ ਕਰ ਲੂੰਗਾ, ਹੈ ਨਾ, ਵੀ 15 ਤਰੀਕ ਨੂੰ, ਇੱਕ 15 ਤਰੀਕ ਨੂੰ, ਇੱਕ 30 ਜਾਂ 31 ਤਰੀਕ ਨੂੰ, ਮਹੀਨੇ 'ਚ ਇੱਕ ਦਿਨ ਰੱਖ ਲਵੇ। ਹਾਂ, ਜਾਂ ਇੱਕ ਦਿਨ ਰੱਖ ਲਵੇ ਮਹੀਨੇ 'ਚ। ਆਹ ਮਹੀਨੇ 'ਚ ਤਾਂ ਇੱਕ ਦਿਨ ਹੀ ਹੋਇਆ, ਬਾਕੀ ਅਗਲੇ ਮਹੀਨੇ ਦੇਖਦੇ ਹਾਂ। ਹੁਣ 2 ਦਿਨ ਹੁੰਦੇ ਆ, ਇੱਕ ਦਿਨ ਅਗਲੇ ਮਹੀਨੇ ਤਾਂ ਸ਼ਾਇਦ ਵੱਧ ਹੋ ਜਾਣ, ਹੈ ਨਾ, ਅਗਲਾ ਕਿਉਂਕਿ ਮਹੀਨਾ ਹੀ ਇਹੋ ਜਿਹਾ ਚੜ੍ਹਨਾ, ਉਹ 'ਚ ਬਹੁਤ ਓਕੇਜ਼ਨਸ ਆਉਣੀਆਂ ਨੇ ਐਵੇਂ ਖਾਣ ਪੀਣ ਦੀ, ਉਦੋਂ ਕੰਟਰੋਲ ਰੱਖਣਾ ਪੈਣਾ। ਸਫਾਈਆਂ ਕਰ ਦਿਓ ਫਿਰ ਸ਼ੁਰੂ। ਫੋਨ ਨੂੰ ਗਿਆ ਸੀ ਅੱਜ ਮੈਂ, ਦੇਖੋ ਘਰ ਟਾਈਮ ਦਿੰਦੀ ਹੈ। ਕਿਉਂ ਆ ਗਈ ਇੰਨੀ ਗਰਮੀ ਲੱਗਦੀ ਹੈ? ਮੈਂ ਨਾ ਸਪਰੇਅ ਕੀਤੀ, ਸਪਰੇਅ ਨੂੰ ਸਕਾ ਰਹੀ ਹਾਂ। ਅੱਛਾ, ਚੀਟ ਮੀਲ ਲੈਣ ਤੋਂ ਪਹਿਲਾਂ ਇੱਕ ਸਲਾਹ ਲੈ ਲਈਏ ਵੀ ਮੈਂ ਲੈ ਸਕਦਾ? ਹਾਂ, ਆਪਣੇ ਟ੍ਰੇਨਰ ਤੋਂ ਪੁੱਛ ਤਾਂ ਲਈਏ, ਕਿਤੇ ਬਾਜੋ ਗਏ ਵਹੀਂ ਖਾਇਆ, ਮੈਨੂੰ ਬਾਅਦ 'ਚ ਬਲੇਮ ਕਰੇ ਵੀ ਤਾਂ ਨਹੀਂ ਤੇਰਾ ਕੱਢਿਆ, ਇਹਦੇ ਬਾਅਦ ਮੈਨੂੰ ਕਹੇ, ਪੁੱਛ ਲਈਏ, ਤਾਂ ਕਰਕੇ ਕਨਫਰਮ ਕਰ ਲਈਏ ਪਹਿਲੇ। ਚੁੱਕਲਾ, ਕੀ ਹਾਲ ਆ ਘੁੰਮਣ? ਉਹ ਯਾਰ ਆਪਣਾ ਕੀ ਕਹਿੰਦੇ ਨੇ, ਮੈਂ ਅੱਜ ਚੀਟ ਮੀਲ ਲੈ ਲਾਂ ਯਾਰ, ਬਹੁਤ ਦਿਨ ਹੋ ਗਏ ਮੈਨੂੰ, 15-20 ਦਿਨ ਹੋ ਗਏ ਕੁਛ ਨਹੀਂ ਖਾਧਾ। ਅੱਛਾ, ਲਿੱਤਾ ਹੀ ਨਹੀਂ ਗਾ? ਹਾਂ, ਬਸ ਮੈਂ ਲੈ ਲਾ ਚੀਟ ਮੀਲ ਨਾਲ ਡਾਈਟ ਕੋਕ ਲੈ। ਠੀਕ ਹੈ ਠੀਕ ਹੈ। ਹਾਂ, ਡਾਈਟ ਕੋਕ ਕੋਈ ਚੱਕਰ ਨਹੀਂ, ਕੁਛ ਵੀ ਖਾ ਲਾਂ। ਜੇ ਯਾਰ ਪ੍ਰੈਫਰ ਕਰ ਸਕਦਾ ਤਾਂ ਮੈਕਡੋਨਲਡ ਦਾ ਬਰਗਰ। ਅੱਛਾ, ਜੇ ਕਰ ਸਕਦਾ ਜਾਂ ਪੀਜ਼ਾ ਖਾ ਲੈ ਜਾਂ ਬਰਗਰ ਖਾ ਲੈ ਨਾਲ ਡਾਈਟ ਕੋਕ। ਠੀਕ ਹੈ, ਚਲ ਠੀਕ ਹੈ, ਓਕੇ ਓਕੇ। ਚਲੋ ਜੀ, ਯੈਸ ਬਰਕਾ ਜੀ, ਅੱਜ ਖਾਤੇ ਹੈ ਫਿਰ ਕੁਛ ਤੂਫਾਨੀ, ਅੱਜ ਕੁਛ ਤੂਫਾਨੀ ਕਰਤੇ ਹੈ। ਮੈਂ ਕਿਹਾ ਤਾਂ ਹੀ ਤੁਹਾਡਾ ਕਹੀਂ ਨਾ ਦਿਲ ਨਹੀਂ ਕਰਦਾ ਸੀ। ਹਾਂ, ਤਾਂ ਹੀ ਤੋੜ ਜੀ ਲੱਗ ਰਹੀ ਸੀ ਮੈਨੂੰ, ਮੈਂ ਕੁਛ ਸਵਾਦ ਜਿਹਾ ਖਾਣਾ ਹੈ, ਇੰਨੇ ਦਿਨ ਹੋ ਗਏ ਕੁਛ ਖਾਇਆ ਨਹੀਂ। ਆ ਦੇਖੋ, ਮੈਂ ਪਤਾ ਕਿਉਂ ਖਾ ਰਿਹਾ, ਕਿਉਂਕਿ ਮੈਨੂੰ ਹੋਈ ਹੋਈ ਹੈ ਐਡਿਕਸ਼ਨ। ਕਿੱਥੇ ਲਿਖਿਆ ਹੋਇਆ ਐਡਿਕਸ਼ਨ? ਹਾਂ, ਕੋਈ ਪੁੱਛਦਾ ਨਾ ਟੈਟੂ 'ਤੇ ਕੀ ਲਿਖਿਆ ਹੋਇਆ, ਪਤਾ ਨਹੀਂ ਆਉਂਦਾ ਮੈਂ ਕੀ ਸੋਚ ਕੇ ਐਡਿਕਸ਼ਨ ਲਿਖਾਇਆ ਸੀ, ਤਾਂ ਅੱਜ ਉਹ ਟੈਟੂ ਲਾਗੂ ਹੋ ਰਿਹਾ ਉਹਦੇ। ਮੈਨੂੰ ਹੋਈ ਵੀ ਅੱਜ ਹੋਈ ਵੀ ਹੈ ਬਾਹਰ ਦਾ ਖਾਣ ਦੀ ਐਡਿਕਸ਼ਨ, ਕਈ ਦਿਨਾਂ ਤੋਂ ਹੋਈ ਹੋਈ ਹੈ, ਬਹੁਤ ਚੀਜ਼ਾਂ ਦੀ ਐਡਿਕਸ਼ਨ ਸੀਗੀ, ਬਹੁਤ ਚੀਜ਼ਾਂ ਦੀ ਤੋੜਤੀ ਆ ਵੀ, ਤੋੜ ਹੀ ਦਿੱਤੀ ਬਾਹਰ ਦੇ ਖਾਣ ਦੀ ਵੀ। ਜਦੋਂ ਵੀ ਮੈਂ ਰਾਤ ਨੂੰ ਮੀਲ ਦੇਣੀ ਖਾਣ ਲਈ, ਹੈ ਨਾ, ਕਿਨੋਵਾ, ਕੁਛ ਸਵਾਦ ਜਿਹਾ ਨਹੀਂ ਹੈਗਾ, ਸਵਾਦ ਜਿਹਾ ਨਹੀਂ ਹੈਗਾ ਵੀ ਹੁਣ ਸਵਾਦ ਜਿਹਾ, ਮੈਂ ਅੱਕ ਗਿਆ, ਮੈਂ ਤਾਂ ਕਿਨੋਵਾ ਵਗੈਰਾ ਖਾ ਖਾ ਕੇ। ਕਈ ਪੁੱਛਦੇ ਨੇ ਆਪਣੀ ਮੀਲ ਸ਼ੇਅਰ ਕਰੋ ਬਈ, ਕੀ ਡਾਈਟ ਲੈਂਦੇ ਹੋ ਤੁਸੀਂ? ਥੋੜ੍ਹੇ ਦਿਨਾਂ ਤੱਕ ਕਰਦਾ ਉਹਦੀ ਪ੍ਰੋਪਰ ਵੀਡੀਓ ਬਣਾਉਣਾ ਵੀ ਮੈਂ ਪੂਰੇ ਦਿਨ 'ਚ ਕੀ ਮੀਲ ਲੈਂਦਾ, ਅਤੇ ਵੈਸੇ ਚੇਂਜ ਹੁੰਦੀ ਰਹਿੰਦੀ ਆ ਹਫ਼ਤੇ, 2-2 ਹਫ਼ਤਿਆਂ ਬਾਅਦ, ਪਰ ਹੁਣ ਆਹ ਜਿਹੜੀ ਹੁਣ ਆਹ ਹਫ਼ਤਿਆਂ ਦੀ 2-3 ਹਫ਼ਤਿਆਂ ਦੀ ਚੱਲ ਰਹੀ ਹੈ, ਤਾਂ ਉਹ ਤੁਹਾਡੇ ਨਾਲ ਸ਼ੇਅਰ ਕਰੋ। ਬੋਡੀਆਂ ਬਣਾਉਣੀਆਂ ਬਹੁਤ ਔਖੀਆਂ ਨੇ ਬਾਈ। ਇੱਕ ਗਾਣਾ ਨਹੀਂ ਹੈਗਾ ਕੀ ਸੌਖਾ ਨਹੀਂ ਹੈਗਾ ਸਰੀਰ ਬਣਾਉਣਾ, ਕੋਈ ਹੈਗਾ ਇੱਕ ਸੌਂਗ ਉਹ ਤਾਂ ਸੌਖਾ ਹੀ ਹੈ, ਬਸ ਕੰਟਰੋਲ ਹੈ ਯਾਰ, ਕੋਈ ਵੀ ਕੰਮ, ਕੋਈ ਐਂ ਤਾਂ ਕਹਿਣ ਨੂੰ ਤਾਂ ਕੋਈ ਵੀ ਕੰਮ ਔਖਾ ਨਹੀਂ, ਕੋਈ ਵੀ ਕੰਮ ਸੌਖਾ ਨਹੀਂ, ਪਰ ਉਹੀ ਹੈ ਮਾਇੰਡ ਦਾ ਕੰਟਰੋਲ, ਆਪਦੇ ਆਪ 'ਤੇ ਕੰਟਰੋਲ ਹੈ, ਕੋਈ ਵੀ ਕੰਮ ਕਰਨਾ ਤਾਂ ਬਸ ਮਨ ਮਾਰ ਕੇ ਕਰਨਾ ਪੈਂਦਾ, ਕੋਈ ਵੀ ਕੰਮ 'ਚ ਕਾਮਯਾਬੀ ਮਿਲ ਜਾਂਦੀ ਹੈ। ਬੋਡੀ ਬਣਾਉਣਾ ਤਾਂ ਇੱਕ ਛੋਟਾ ਜਿਹਾ ਕੰਮ ਹੀ ਆ, ਜਿਵੇਂ ਸਵੇਰੇ ਉੱਠਣਾ ਹੁੰਦਾ ਹੈ, ਕੋਈ ਵੀ ਕੰਮ ਕਰਨਾ ਹਰੇਕ 'ਚ ਹੋਈ ਹੈ, ਮਨ ਹੀ ਮਾਰਨਾ ਪੈਂਦਾ। ਅੱਖਾਂ ਦੀ ਤਾਂ ਸਾਹਮਣੇ ਐਗਜ਼ਾਮਪਲ ਦੇਖੋ, ਨਿਆਣੇ ਕਿਵੇਂ ਐਨ ਸਿਖਰ ਤੋਂ ਪਏ ਰਹੇ, ਧੁੱਪੇ ਲੱਗੇ ਪਏ ਨੇ ਗਰਾਊਂਡ 'ਚ ਬਾਈ, ਗੇਮ ਪ੍ਰੈਕਟਿਸ ਕਰਨ। ਆ ਸਾਰੀਆਂ ਚੀਜ਼ਾਂ ਦੀ ਲੋੜ ਹੈ ਵੈਸੇ, ਹੈ ਨਾ, ਆ ਗੇਮਾਂ ਗੂਮਾਂ ਦੀ, ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ, ਨਿਆਣਿਆਂ ਨੂੰ ਪਾ ਦੇਣਾ ਚਾਹੀਦਾ। ਇਹ ਤਾਂ ਇੱਕ ਤਰ੍ਹਾਂ ਦਾ ਸਕਿੱਲ ਹੈ, ਪਤਾ ਨਹੀਂ ਕਿਹੜੇ ਬੱਚੇ 'ਚ ਕਿਹੜਾ ਸਕਿੱਲ ਹੈ, ਕਈਆਂ 'ਚ ਸਪੋਰਟਸ ਨਿਕਲ ਜਾਂਦਾ ਸਕਿੱਲ, ਕਈਆਂ ਦਾ ਕਿਸੇ ਫਿਰ ਕੀ ਖਾਣ ਨੂੰ ਜੀ ਕਰ ਰਿਹਾ ਤੁਹਾਡਾ ਸਭ ਤੋਂ ਵੱਧ? ਪਤਾ ਹੀ ਨਹੀਂ, ਫੁੱਲ ਕਨਫਿਊਜ਼ਨ 'ਚ ਹੈ, ਪਤਾ ਨਹੀਂ ਕੀ ਚੱਕਰ ਹੁੰਦਾ,
ਬੰਦਾ ਸੋਚੀ ਜਾਂਦਾ ਹੁੰਦਾ ਮੈਂ ਉਦਣ ਆਹ ਖਾਊਂਗਾ ਆਹ ਖਾਊਂਗਾ ਹੁਣ ਮੈਂ ਫੁੱਲ ਪਤਾ ਹੀ ਨਹੀਂ ਕੀ ਖਾਣਾ ਕੋਈ ਜੇ ਸਮਝ ਹੀ ਨਹੀਂ ਆ ਰਿਹਾ ਕਿ ਕਿੱਧਰ ਜਾਵਾਂ ਐਂ ਮਤਲਬ ਨਾ ਕਨਫਿਊਜ਼ਨ ਜਿਹੀ ਹੋ ਜਾਂਦੀ ਹੈ ਬਈ ਉਹ ਵਾਲੀ ਚੀਜ਼ ਖਾਵਾਂ ਜਾਂ ਉਹ ਵਾਲੀ ਚੀਜ਼ ਖਾਵਾਂ ਕੀ ਚੀਜ਼ ਖਾਵਾਂ ਤਾਂ ਹੁਣ ਦੇਖਦੇ ਹਾਂ ਡਿਸੀਜ਼ਨ ਹਾਲੇ ਕੋਈ ਨਹੀਂ ਹੈਗਾ ਹੁਣ ਮੈਂ ਜਿਵੇਂ ਪਹਿਲਾਂ ਸੋਚ ਰਿਹਾ ਸੀ ਚੱਲ ਬਰਗਰ ਪੀਜ਼ਾ ਖਾਂਦਾ ਪਹਿਲਾਂ ਤਾਂ ਮੈਂ ਇਹੀ ਸੋਚ ਰਿਹਾ ਸੀ ਵੀ ਬਰਗਰ ਪੀਜ਼ਾ ਖਾਂਦਾ ਤਾਂ ਹੁਣ ਮੈਂ ਇਹ ਸੋਚ ਰਿਹਾ ਵੀ ਟਿੱਕੇ ਟਾਈਪ ਕੋਈ ਚੀਜ਼ ਖਾਵਾਂ ਛੋਲੇ ਭਟੂਰੇ ਟਾਈਪ ਚੀਜ਼ ਖਾਵਾਂ ਅੰਮ੍ਰਿਤਸਰੀ ਨਾਨ ਟਾਈਪ ਚੀਜ਼ ਖਾਵਾਂ ਕੀ ਚੀਜ਼ ਖਾਵਾਂ ਸਮਝ ਹੀ ਨਹੀਂ ਆ ਰਹੀ ਮੈਨੂੰ ਕਰਾਂ ਕੀ ਨਹੀਂ ਕਰਾਂ ਖਾ ਲਓ ਸ਼ਾਮ ਨੂੰ ਟਿੱਕੀਆਂ ਵੀ ਖਾ ਲਾਂਗੇ ਜਦ ਨੂੰ ਮੁੜਦੇ ਹੋਏ ਉਹ ਤੋਂ ਪਹਿਲਾਂ ਮੈਂ ਹੁਣ ਮੇਰੇ ਜੋ ਦਿਮਾਗ 'ਚ ਚੱਲ ਰਿਹਾ ਉਹ ਐਂ ਆ ਵੀ ਕੋਈ ਸਵਾਦ ਜਿਹਾ ਸ਼ੇਕ ਜਿਹਾ ਪੀਵਾਂ ਨਾਲ ਪੀਜ਼ਾ ਆਰਡਰ ਕਰਾਂ ਜਾਂ ਬਰਗਰ ਖਾਵਾਂ ਚਾਹ ਉਹੀ ਹੁਣ ਅੱਗੇ ਕਨਫਿਊਜ਼ਨ ਹੈ ਵੀ ਕਿਹੜੀ ਥਾਂ ਦਾ ਹਾਲਾ ਖਾਵਾਂ ਕਿਹੜੀ ਥਾਂ 'ਤੇ ਜਾਵਾਂ ਤਾਂ ਹੁਣ ਦੇਖਦੇ ਹਾਂ ਚਲੋ ਬਾਕੀ ਜਿਹੜੀ ਇੱਕ ਥਾਂ 'ਤੇ ਸਾਰੀਆਂ ਚੀਜ਼ਾਂ ਅਵੇਲੇਬਲ ਹੋ ਜਾਣ ਵੈਸੇ ਉੱਥੇ ਚੱਲਦੇ ਹਾਂ ਵਾਰ ਵਾਰ ਸਾਰੇ ਥਾਂ 'ਤੇ ਫਿਰਨ ਨੂੰ ਐਂ ਤਾਂ ਜਿਹੜਾ ਬਾਜ਼ਾਰ 'ਚ ਜਿਹੜਾ ਬਰਗਰ ਬਣਾਉਂਦਾ ਉਹਦੇ ਬਾਹਲੇ ਸਵਾਦ ਹੁੰਦੇ ਨੇ ਉਹਦੇ ਵੀ ਜਾਇਆ ਜਾ ਸਕਦਾ ਵੀ ਬਰਗਰ ਆਪਾਂ ਉਹਦਾ ਖਾ ਲਈਏ ਪੀਜ਼ਾ ਇੱਧਰੋਂ ਕੁਛ ਖਾ ਲਈਏ ਕਿਸੇ ਹੋਰ ਥਾਂ ਦਾ ਚੱਲ ਦੇਖਦੇ ਹਾਂ ਇੱਕ ਸ਼ੇਕ ਵਾਲੀ ਉਹ ਵੀ ਤਾਂ ਹੈਗੀ ਸ਼ਾਪ ਬੜੀ ਮਸ਼ਹੂਰ ਜਿਹਦੇ ਬੜਾ ਬੜੇ ਗਲਾਸ ਮਿਲ ਸ਼ੇਕਸ ਜਿਹੜੇ ਅੰਕਲ ਜੈਕਸ ਦੇ ਉਹਦੇ ਸ਼ੇਕ ਹਾਂ ਉਹਦੇ ਉਹਦੀ ਫਰਾਈਜ਼ ਵੀ ਸਵਾਦ ਹੁੰਦੀ ਹੈ ਉਹ ਫਰਾਈਜ਼ ਉੱਥੇ ਖਾ ਲਾਂਗੇ ਅੱਜ ਐਵੇਂ ਰਲਮਾ ਮਿਲਮਾ ਜਿਹਾ ਕੰਮ ਕਰਦੇ ਹਾਂ ਤੇ ਚਲੋ ਬਾਕੀ ਹੁਣ ਰੱਜ ਕੇ ਖਾ ਲਓ ਕਰੀਏ ਹੁਣ ਬਾਅਦ ਹੁਣ ਮੈਨੂੰ ਬਹੁਤ ਹਲੇ ਮੇਰੇ ਤੇ ਤਾਕਤ ਨਹੀਂ ਹੈਗੀ ਕਿਉਂਕਿ ਮੈਂ ਸਵੇਰ ਦਾ ਅੱਜ ਕੁਛ ਨਹੀਂ ਖਾਦਾ ਹੀ ਸੋਚਿਆ ਹੋਇਆ ਸੀਗਾ ਵੀ ਬਾਹਰੋਂ ਖਾਊਂਗਾ ਖਾਣ ਤੋਂ ਬਾਅਦ ਬੋਲੂੰਗਾ ਚਲੋ ਜੀ ਪਹੁੰਚ ਗਏ ਫਸਟ ਡੈਸਟੀਨੇਸ਼ਨ ਤੇ ਉਹ ਹੈਗੀ ਆਹ ਪਤਾ ਨਹੀਂ ਕੀ ਇਹਦਾ ਨਾਮ LOH ਪੀਜ਼ਾ ਪਤਾ ਨਹੀਂ ਮੈਂ ਪਹਿਲਾਂ LDH ਸਮਝਦਾ ਹੁੰਦਾ ਸੀ ਇਹਨੂੰ ਆਰਡਰ ਕਰਤਾ ਬਈ ਆਪਾਂ ਪੀਜ਼ਾ ਉਹ ਵੀ ਖਾਦਾ ਟਾਈਮ ਲੱਗ ਗਿਆ ਕਨਫਿਊਜ਼ ਹੋਈ ਕਰਿਆ ਆਹਲਾ ਕਰਾਂ ਆਹਲਾ ਕਰਾਂ ਆਹਲਾ ਚਲੋ ਜੀ ਆ ਗਿਆ ਪੀਜ਼ਾ ਆਪਣਾ ਡਾੜਾ ਪੀਸ ਵੈਸੇ ਇਹਨੂੰ ਮੈਂ ਧੱਕੇ ਨਾਲ ਫੜਾਇਆ ਮੈਂ ਖਾ ਲਾ ਕੋਈ ਨਾ ਇੰਨਾ ਕੀ ਕਹਿੰਦਾ ਮੈਂ ਉਹਦੇ ਚ ਵੀ ਇਦਾਂ ਖਾ ਰਹੀ ਜਿਹੜੀ ਥਾਂ ਤੇ ਅਸੀਂ ਖਾਣ ਆਏ ਆ ਨਾ ਜਿਹੜੀ ਥਾਂ ਤੇ ਬੈਠੇ ਇੱਥੇ ਨਾ ਮੈਂ ਇੱਕ ਬਹੁਤ ਪਹਿਲਾਂ ਆਹ ਜਿਹੜੀ ਪਲੇਸ ਤੇ ਹੈਗਾ ਇੱਥੇ ਬਹੁਤ ਪਹਿਲਾਂ ਇੱਕ ਗਾਣਾ ਸ਼ੂਟ ਕੀਤਾ ਸੀ ਅਸੀਂ ਉਰੇ ਮੈਂ ਨਾਲ ਹੁਣ ਕਲਿੱਪ ਚਲਾਉਣਾ ਉਹਦਾ ਗਾਣਾ ਸ਼ੂਟ ਕੀਤਾ ਸੀ ਉਦੋਂ ਦੇਖੋ ਮੈਂ ਕਿਹੋ ਜਿਹਾ ਲੱਗਦਾ ਹੁੰਦਾ ਸੀਗਾ ਉਦੋਂ ਤਾਂ ਭਾਈ ਕਹਿੰਦੇ ਮੈਂ ਮੁੰਡਾ ਖੁੰਡਾ ਹੁੰਦਾ ਸੀ ਉਦੋਂ ਮੈਂ ਮੁੰਡਾ ਖੁੰਡਾ ਹੁੰਦਾ ਸੀ ਮੈਂ ਕਿਸੇ ਨੂੰ ਪਛਾਣਨਾ ਵੀ ਨਹੀਂ ਹੈਗਾ ਚਲੋ ਜੀ ਹੁਣ ਚੱਲਦੇ ਨੈਕਸਟ ਪਲੇਸ ਤੇ ਇੱਧਰ ਤਾਂ ਕਰ ਲਈ ਵੈਸੇ ਅੱਜ ਨਹੀਂ ਆਇਆ ਮੈਨੂੰ ਇੰਨਾ ਖਾ ਕੇ ਵੀ ਚਲੋ ਜੀ ਪਹਿਲੀ ਮੀਲ ਤਾਂ ਲੈ ਲਈ ਕਿਵੇਂ ਲੱਗ ਰਿਹਾ ਹੁਣ ਕਿੰਨੀ ਖੁਸ਼ੀ ਹੋ ਰਹੀ ਹੋਣੀ ਨਾ ਕਿੰਨੀ ਦਿਨਾਂ ਬਾਅਦ ਖਾ ਕੇ ਨਹੀਂ ਨਹੀਂ ਆਦਤ ਜੀ ਪੈ ਗਈ ਮਤਲਬ ਇੰਨੀ ਉਹ ਵੀ ਨਹੀਂ ਮੈਨੂੰ ਵੀ ਐਂ ਖਾ ਕੇ ਬਾਹਲਾ ਜਾ ਨਹੀਂ ਨੈਕਸਟ ਲੈਵਲ ਹੋਇਆ ਕੰਮ ਮੇਰੇ ਅੰਦਰ ਭੁੱਖ ਕਿੰਨੀ ਇਕੱਠੀ ਹੋਈ ਸੀ ਤੁਸੀਂ ਉਹ ਦੇਖੋ ਇੰਨਾ ਇੱਕ ਪੀਜ਼ਾ ਮੈਂ ਹੀ ਖਾਧਾ ਉਸ ਤੋਂ ਵਿੱਚੋਂ ਇੱਕ ਸਲਾਈਸ ਹੀ ਲਿਆ ਉਹਦਾ 6 ਪੀਸ ਤਾਂ ਹੋਣੇ ਹਾਂ 6 ਸੀ ਪਤਾ ਹੀ ਨਹੀਂ ਕਿੱਥੇ ਗਏ ਕੁਛ ਵੀ ਨਹੀਂ ਪਤਾ ਕਿੱਥੇ ਨੇ ਹੁਣ ਆਪਾਂ ਚੱਲਦੇ ਹਾਂ ਅੰਕਲ ਜੈਕਸ ਚੱਲਦੇ ਹਾਂ ਉੱਥੇ ਦੇ ਉਹ ਸ਼ੇਕ ਪੀਨੇ ਨਾਲ ਬਰਗਰ ਖਾਂਦੇ ਆ ਉੱਥੇ ਜਾ ਕੇ ਉੱਥੇ ਦੀਆਂ ਫਰਾਈਜ਼ ਉੱਥੇ ਦੀਆਂ ਫਰਾਈਆਂ ਖਾਂਦੇ ਨਾਲ ਜਾ ਕੇ ਫਰਾਈਜ਼ ਖਾਂਦੇ ਆ ਮਾਰਕੀਟ ਤੇ ਅਕੇਲੀ ਸਾਨੂੰ ਮਿਲ ਗਈ ਪਾਰਕਿੰਗ ਹਾਂ ਇੱਥੇ ਮਤਲਬ ਕਿਸਮਤ ਵਾਲਿਆਂ ਨੂੰ ਪਾਰਕਿੰਗ ਮਿਲਦੀ ਹੈ ਉਹ ਵਾਲੀ ਗੱਲਬਾਤ ਹੋਈ ਵੀ ਹੈ ਇੱਕ ਗੱਲ ਮੈਂ ਨੋਟਿਸ ਕੀਤੀ ਜਿਹੜੀ ਅਸੀਂ ਪਹਿਲਾਂ ਵਾਲੀ ਥਾਂ ਤੇ ਵੀ ਗਏ ਸੀ ਤਾਂ ਅੱਜ ਕੱਲ੍ਹ ਆਪਾਂ ਘਟਾਇਆ ਹੋਇਆ ਆਉਣਾ ਜਾਣਾ ਤਾਂ ਹੁਣ ਆ ਕੇ ਪਤਾ ਲੱਗਦਾ ਵੀ ਜਿੰਨੇ ਵੀ ਥਾਵਾਂ ਤੇ ਜਾਈਦਾ ਤਾਂ ਸਾਰੇ ਕਿਤੇ ਸਟੂਡੈਂਟ ਜਾਂ ਉਦਾਂ ਦੇ ਹਲੇ ਯੰਗ ਬੱਚੇ ਆਉਂਦੇ ਨੇ ਹਾਂ ਸਾਰੇ ਮਤਲਬ ਸਟੂਡੈਂਟਸ ਵਗੈਰਾ ਜ਼ਿਆਦਾ ਬੈਠੇ ਹੁੰਦੇ ਨੇ ਤੇ ਤੁਸੀਂ ਇੱਕ ਗੱਲ ਦੇਖੀ ਹੋਰ ਹੁਣ ਇਹਨਾਂ ਦਾ એનર્ਜੀ ਲੈਵਲ ਕਿੰਨਾ ਉੱਚਾ ਵੱਧ ਆਵਾਜ਼ ਦਾ ਵੱਧ ਗਿਆ ਵੀ ਹੁਣ ਮੈਨੂੰ ਪੀਜ਼ਾ ਮਿਲ ਗਿਆ ਖਾਣ ਨੂੰ ਨਾ ਪਹਿਲਾਂ ਵੀ ਤਾਂ ਉੱਚੀ ਨਾ ਬੋਧੋ ਘੱਟ ਬੋਲਦੇ ਸੀ ਕਿ ਉਹਦਾ ਜੋਸ਼ ਨਹੀਂ ਆ ਰਿਹਾ ਸੀ ਹੁਣ ਪੂਰਾ ਜੋਸ਼ ਆ ਰਿਹਾ ਬੋਲਣ ਚ ਚਲੋ ਬਾਕੀ ਹੁਣ ਚੱਲਦੇ ਆ ਆਪਾਂ ਹੁਣ ਖਾਣੇ ਆ ਬਰਗਰ ਐਂਡ ਪੀਨੇ ਸ਼ੇਕ ਚਲੋ ਅੰਕਲ ਜੈਕਸ ਦੇ ਇੱਕ ਜਿਹੜੀ ਆ ਵੇਟ ਕਰਨੀ ਪੈਂਦੀ ਨਾ ਬੜੀ ਖਤਰਨਾਕ ਚੀਜ਼ ਅੱਧੀ ਭੁੱਖੇ ਚੀਜ਼ ਲਾ ਦੋ ਹਾਂ ਅਸੀਂ ਇਕੱਲੇ ਆ ਕਮਾਲ ਦੀ ਗੱਲ ਹੈ ਪੂਰੇ ਪੂਰੀ ਥਾਂ ਦੇ ਇਕੱਲੇ ਆ ਪੂਰੇ ਜੇ ਮਰਜ਼ੀ ਭੱਜ ਫਿਰ ਕੇ ਵਲੋਗਿੰਗ ਕਰੋ ਕੋਈ ਚੱਕਰ ਨਹੀਂ ਕੋਈ ਸੰਗ ਸੰਗ ਯਾਰ ਮਾੜੀ ਗੱਲ ਹੈ ਅਸੀਂ ਇਕੱਲੇ ਆ
ਉਹ ਇੱਥੇ ਕੋਈ ਸ਼ੇਕ ਅਵੇਲੇਬਲ ਹੈ ਨਹੀਂ ਪਰ ਗਲਾਸ ਇੰਨੇ ਟੰਗ ਰੱਖੇ ਨੇ ਉੱਤੇ ਛੱਤ ਉੱਤੇ ਮਨ ਬਣਾ ਗਿਆ ਤੇਰੇ ਵਿੱਚ ਕੋਈ ਹੈਵੀ ਜਿਹੇ ਸ਼ੇਕ ਹੁੰਦੇ ਨੇ ਨਾ ਕਹਿੰਦੇ ਵੀ ਕੋਈ ਸ਼ੇਕ ਪੀਣਾ ਹੈਵੀ ਆ ਚਲੋ ਹੁਣ ਇੱਥੇ ਬਰਗਰ ਤੇ ਉਹ ਖਾ ਕੇ ਨਿਕਲਦੇ ਹਾਂ ਸ਼ੇਕ ਪੈਂਟਿੰਗ ਆ ਫਿਰ ਕਿਸੇ ਨਵੀਂ ਹੋਰ ਤਾਂ ਹੋਰ ਕਿਤੇ ਵਧੀਆ ਨੇ ਚਲੋ ਜੀ ਆ ਗਿਆ ਆਪਣਾ ਬਰਗਰ ਪਾਪੜਾਂ ਨਾਲ ਭਰ ਕੇ ਆ ਸੀ ਅੰਦਰੋਂ ਤਾਂ ਯੇ ਰਹਾ ਮਾਰਾ ਬਰਗਰ ਬਰਗਰ ਦਾ ਸਵਾਦ ਖਾਣਾ ਨਹੀਂ ਜਮਾ ਹੀ ਨਹੀਂ ਅੱਜ ਉਲਟਾ ਹੋ ਰਿਹਾ ਅੱਗੇ ਹਮੇਸ਼ਾ ਐਂ ਹੁੰਦਾ ਇਹ ਖਾ ਰਹੇ ਹੁੰਦੇ ਨੇ ਮੈਂ ਦੇਖ ਰਿਹਾ ਹੁੰਦਾ ਅੱਜ ਮੈਂ ਖਾ ਰਿਹਾ ਦੇਖ ਰਹੇ ਨੇ ਬਰਗਰ ਤੋਂ ਬਾਅਦ ਤਾਂ ਜਮੀ ਓਵਰ ਹੋ ਗਿਆ ਕੰਮ ਅਬ ਫਰਾਈਜ਼ ਕਰਾਈਆਂ ਸੀ ਥੋੜ੍ਹੀਆਂ ਜਿਹੀਆਂ ਖਾਧੀਆਂ ਇਹ ਤਾਂ ਹੁਣ ਘਰੇ ਆਪਾਂ ਉਰੇ ਖਾ ਲੈਣਗੇ ਉਹਨਾਂ ਵਾਸਤੇ ਲੈ ਉਸ਼ਾ ਹੁਣ ਆਈਸਕ੍ਰੀਮ ਫੜਨ ਗਈ ਆ ਉਹਦਾ ਆਈਸਕ੍ਰੀਮ ਖਾਣ ਦਾ ਦਿਲ ਸੀਗਾ ਪੀਣ ਲਈ ਸ਼ੇਕ ਸ਼ੂਕ ਲਈ ਹੁਣ ਕੋਈ ਇੱਛਾ ਹੀ ਨਹੀਂ ਰਹੀ ਹੁਣ ਕਾਹਨੂੰ ਮੈਂ ਕਿਹਾ ਓਵਰ ਭਰਨਾ ਉਹਨੇ ਮੈਨੂੰ ਕਿਹਾ ਸੀਗਾ ਕੋਕ ਵਗੈਰਾ ਪੀ ਸਕਦਾ ਤਾਂ ਹੁਣ ਕੋਕ ਪੀ ਲਾਂਗੇ ਖਾਂਦੇ ਹੋਏ ਵੀ ਬਾਹਲਾ ਮਤਲਬ ਐ ਨਹੀਂ ਨਜ਼ਾਰਾ ਜਿਹਾ ਨਹੀਂ ਆਇਆ ਜਿਵੇਂ ਉਈ ਕਹਾਂ ਤੁਹਾਨੂੰ ਵੀ ਬਾਹਲਾ ਕੁਛ ਵਧੀਆ ਖਾ ਲਿਆ ਹੁਣ ਖਾ ਕੇ ਮੈਨੂੰ ਰਿਗਰੈਟ ਹੀ ਹੋ ਰਿਹਾ ਉਈ ਖਾ ਲਿਆ ਅਗਲਾ ਚੀਟ ਮੀਲ ਜਿਹੜਾ ਰੱਖਾਂਗੇ ਉਹ ਕੋਈ ਹੁਣ ਇੱਦਾਂ ਦੇ ਬਰਗਰ ਪੀਜ਼ੇ ਵਾਲੇ ਆਈਟਮਾਂ ਦਾ ਨਹੀਂ ਰੱਖਣਾ ਮੈਂ ਸੋਚਿਆ ਮੈਨੂੰ ਤਾਂ ਉਹੀ ਦੇਸੀ ਚੀਜ਼ਾਂ ਵਧੀਆ ਲੱਗਦੀਆਂ ਨੇ ਜਿਵੇਂ ਭਟੂਰੇ ਛੋਲੇ ਹੋ ਗਏ ਅੰਮ੍ਰਿਤਸਰੀ ਨਾਨ ਹੋ ਗਿਆ ਟਿੱਕੀਆਂ ਟੁੱਕੀਆਂ ਹੋ ਗਈਆਂ ਉਹ ਵਾਲੇ ਮਟੀਰੀਅਲ ਜ਼ਿਆਦਾ ਬੈਟਰ ਲੱਗਦਾ ਅਗਲੀ ਵਾਰ ਜਦ ਚੀਟ ਮੀਲ ਲਵਾਂਗੇ ਤਾਂ ਇਹ ਚੀਜ਼ਾਂ ਦਾ ਲਵਾਂਗੇ ਚਲੋ ਮੈਂ ਤਾਂ ਸੋਚਿਆ ਸੀ ਰਹਿਣ ਦਿੰਦਾ ਕੋਕ ਪੀਣ ਨੂੰ ਕੋਕ ਪਰ ਆ ਹੀ ਗਿਆ ਤਾਂ ਹੁਣ ਆ ਵੀ ਪੀ ਲੈਂਦੇ ਹਾਂ ਇਹ ਪੀ ਕੇ ਤਸੱਲੀ ਹੋਊਗੀ ਪਰ ਐ ਨਹੀਂ ਇਹਨੂੰ ਪੀ ਕੇ ਰਿਗਰੈਟ ਨਹੀਂ ਹੁੰਦਾ ਇਹ ਸਵਾਦ ਲੱਗਦਾ ਆਪਾਂ ਨੂੰ ਇਹ ਆਪਦੇ ਵਾਸਤੇ ਆਈਸਕ੍ਰੀਮ ਲਈ ਆ ਕਹਿੰਦੇ ਜਦ ਪਾਪਾ ਹੋਰੀ ਕੱਲ੍ਹ ਲੈ ਕੇ ਆਏ ਸੀ ਨਾ ਮੇਰਾ ਜੀ ਕਰ ਰਿਹਾ ਸੀ ਦੂਜੇ ਵਾਲੀ ਖਾਣ ਨੂੰ ਹਲੇ ਉਹ ਕਹਿੰਦੇ ਸੀ ਨਿਆਣੇ ਬੈਠੇ ਹੈ ਸਾਡੇ ਵੀ ਅਸੀਂ ਇਹਨਾਂ ਨੇ ਕੁਛ ਲੈ ਕੇ ਚੱਲੀ ਹੁਣ ਅਸੀਂ ਸਿਆਣੇ ਬੈਠੇ ਅਸੀਂ ਉਹਨਾਂ ਲਈ ਕੁਛ ਲੈ ਕੇ ਚੱਲੀਏ ਤੁਹਾਡੇ ਵਾਸਤੇ ਆ ਲੈ ਲਿਆ ਖਾ ਲਓ ਐਵੇਂ ਮੇਰੇ ਨੰਗੀਆਂ ਨਹੀਂ ਖਾ ਲੈ ਮੰਮੀ ਦੇਖੋ ਕਿ ਆਪ ਖਾ ਕੇ ਆਏ ਸਭ ਨੇ ਵੀ ਲੈ ਲਈ ਅਲਾਹ ਲਾਣ ਲੱਗੇ ਹੈ ਆਈਸਕ੍ਰੀਮ ਹੈ ਖਾਣਾ ਹੁੰਦਾ ਕੋਈ ਜਰੂਰੀ ਤਾਂ ਹੈ ਨੀ ਵੀ ਜਰੂਰੀ ਥੋੜੀ ਆ ਬਾਹਰ ਜਾ ਕੇ ਖਾਣਾ ਘਰੇ ਵੀ ਤਾਂ ਚੀਜ਼ਾਂ ਕਿੰਨੀਆਂ ਚੀਜ਼ਾਂ ਗਜਰੇਲਾ ਗਜਰੂਲਾ ਖੀਰ ਖੂਰ ਕਿੰਨਾ ਕੁਛ ਘਰੇ ਬਣਾਇਆ ਜਾ ਸਕਦਾ ਹਨਾ ਘਰੇ ਬਣਵਾ ਕੇ ਖਾਵੇ ਕਹਿੰਦਾ ਮੈਨੂੰ ਐ ਫੀਲ ਹੋ ਰਿਹਾ ਹੁਣ ਥੋੜਾ ਜਿਹਾ ਆਪਦੇ ਹਿਸਾਬ ਨਾਲ ਹਿਸਾਬ ਦਾ ਹੈ ਤੁਸੀਂ ਤਾਂ ਸਵਾਦ ਲੈ ਲੈ ਖਾ ਰਹੇ ਹੋ ਮੈਨੂੰ ਮਤਲਬ ਉਹ ਸਵਾਦ ਨੀ ਆਇਆ ਖਾ ਕੇ ਤੇ ਬਾਕੀ ਦੂਜੀ ਗੱਲ ਭਟੂਰੇ ਛੋਲੇ ਟਾਈਪ ਕਰਦੇ ਕਦਾਰ 15-20 ਦਿਨ ਇੱਕ ਹਾਂ ਘਰੇ ਵੀ ਤਾਂ ਬਣਦੇ ਨੇ ਤਾਂ ਇਹ ਚੀਜ਼ਾਂ ਘਰੇ ਵੀ ਬਣ ਸਕਦੀਆਂ ਨਾਲੇ ਅੱਗੇ ਤੋਂ ਮੈਂ ਆਹ ਡਿਸੀਜ਼ਨ ਲਿਆ ਘਰੇ ਚੀਟ ਮੀਲ ਘਰੇ ਬਣਵਾ ਕੇ ਖਾਇਆ ਕਰਾਂਗੇ ਜਾਂ ਕਦੇ ਕਦੇ ਰੇਅਰਲੀ ਕਦੇ ਬਾਹਰ ਫਿਰ ਵੀ ਖਾਇਆ ਜਾ ਸਕਦਾ ਪਰ ਜੋ ਜੋ ਸਵਾਦ ਘਰੇ ਖਾ ਕੇ ਆਉਂਦਾ ਚੀਜ਼ ਤਾਂ ਬਾਹਰ ਨਹੀਂ ਆਉਂਦਾ ਮੈਂ ਗੱਲ ਹੈ ਬਾਹਰ ਦਾ ਇੰਨਾ ਕੁ ਜਿਆਦਾ ਖਾ ਖਾ ਕੇ ਅੱਕ ਚੁੱਕੇ ਆ ਹੁਣ ਜਿਵੇਂ ਕਦੇ ਕਦਾਰ ਵੀ ਹੁਣ ਚੀਟ ਮੀਲ ਚ ਵੀ ਨਾ ਏਡਾ ਏਡਾ ਮਤਲਬ ਉਹ ਨੀ ਗੱਲਬਾਤ ਹੋਈ ਹੁਣ ਵੀ ਮੇਰੇ ਦਿਮਾਗ ਚ ਐ ਚੱਲੀ ਜਾਂਦਾ ਜੇ ਮੈਂ ਘਰੇ ਉਹ ਚੀਜ਼ ਬਣਵਾ ਕੇ ਖਾ ਲੈਂਦਾ ਉਹ ਖਾ ਲੈਂਦਾ ਹੁਣ ਐ ਫੀਲ ਕਰ ਰਿਹਾ ਤੇ ਅੱਗੇ ਨੂੰ ਅਗਲੀ ਵਾਰ ਨੂੰ ਸਵਾਗਤ ਘਰ ਦੀ ਚੀਜ਼ ਖਾਵਾਂਗੇ ਜਾਂ ਫਿਰ ਅੰਮ੍ਰਿਤਸਰੀ ਨਾਨ ਟਾਈਪ ਵਾਲੀ ਕੋਈ ਚੀਜ਼ ਖਾਵਾਂਗੇ ਭਟੂਰੇ ਛੋਲੇ ਟਾਈਪ ਜਾਂ ਪਾਓ ਭਾਜੀ ਉਹ ਜਿਹੜਾ ਆਪਣੇ 22 ਨੰਬਰ ਵਾਲਾ ਜਾ ਉਹ ਉਦਾਂ ਦੀ ਚੀਜ਼ ਜਾਂ ਫਿਰ ਘਰੇ ਕੁਛ ਬਣੋ ਪਾਓ ਭਾਜੀ ਵੀ ਵੈਸੇ ਘਰੇ ਬਣ ਜਾਂਦੀ ਹੈ ਤੇ ਚਲੋ ਦੇਖਦੇ ਆ ਫਿਰ ਨੈਕਸਟ ਚੀਟ ਮੀਲ ਅਗਲੀ 15 ਦਿਨਾਂ ਬਾਅਦ ਕੀ ਹੁੰਦੀ ਹੈ ਆਪਣੀ ਤੁਸੀਂ ਆਪਣੀ ਲਿਸਟ ਬਣਾ ਕੇ ਰੱਖ ਲਿਓ ਹਾਂ ਹਨਾ ਉਹਨਾਂ ਤੇ ਚੂਜ਼ ਕਰਾਂਗੇ 4 ਦਿਨ ਪਹਿਲਾਂ ਮੈਨੂੰ ਦੇ ਦਿਓ ਫਿਰ ਮੈਂ ਬਣਾ